ਬਹੁਤ ਵਧੀਆ ਬਾਬੇ ਬਾਲਕ ਨਾਥ ਦਾ ਲੰਗਰ ਚੱਲਦਾ ਹੈ। ਸਵੇਰੇ 24 ਘੰਟੇ ਤੋਂ ਲੰਗਰ ਚੱਲਦਾ, ਰਾਤ ਦੇ 12 1 ਵਜੇ ਤੱਕ 2 ਵਜੇ ਤੱਕ ਲੰਗਰ, ਜਦੋਂ ਵੀ ਸੰਗਤ ਆਈ ਉਦੋਂ ਵੀ ਲੰਗਰ ਖਵਾਲਦੇ ਨੇ। ਬਾਬਾ ਜੀ ਕਦੀ ਕਿਸੇ ਨੂੰ ਮੋੜਦੇ ਨਹੀਂ ਆ, ਭਾਵੇਂ ਰਾਤ 1 ਵਜੇ ਕੋਈ ਆਏ ਉਸ ਵੇਲੇ ਲੰਗਰ ਤਿਆਰ ਕਰ ਦਿੰਦੇ ਆ। 23 ਸਾਲ ਹੋ ਗਏ ਬਾਬੇ ਜੀ ਨੂੰ ਲੰਗਰ ਲਾਉਂਦੇ ਆ। ਹਾਂਜੀ ਹਾਂਜੀ, ਅਤੇ ਕੋਈ ਭਲਾ ਅੱਧੀ ਰਾਤ ਆਵੇ, ਇੱਕ ਜਣਾ ਆਵੇ, ਦੋ ਜਣੇ ਆਏ, ਅਤੇ ਇੱਕ ਜਦੋਂ ਵੀ ਆਏ ਲੰਗਰ ਸਿਖਾਉਂਦੇ ਡੇਰੇ ਦੇ ਬਾਹਰ। 12 ਮਹੀਨੇ 30 ਦਿਨ ਚੱਲਦਾ ਹਰ ਹਫ਼ਤੇ। ਹਾਂਜੀ, ਵੀਰਵਾਰ ਐਤਵਾਰ। ਜਿਵੇਂ ਮੈਂ ਰਾਤੀ ਵੇਖਿਆ 12 ਕੁ ਵਜੇ ਸੰਗਤ ਆਈ, ਬਾਬਾ ਜੀ ਨੇ ਰਾਤ ਹੀ ਲੰਗਰ ਤਿਆਰ ਕਰਵਾਇਆ। ਬਿਲਕੁਲ ਸਹੀ ਆ, ਹਾਂਜੀ ਜੀ, ਰਾਤ ਹੀ ਲੰਗਰ ਬਿਲਕੁਲ ਬੰਦ ਹੀ, ਫਿਰ ਬਾਬਾ ਜੀ ਨੇ ਕਹਿ ਕੇ ਲੰਗਰ ਫਿਰ ਤਿਆਰ ਕਰਵਾਇਆ ਅਤੇ ਸੰਗਤ ਨੂੰ ਖਵਾਇਆ। ਮੈਂ ਹੀ ਪਨੋਰੀ ਤੋਂ ਆਏ ਹਾਂ ਜੀ, ਮਿਰਜੇ ਦੀਆਂ ਕਾਦੀਆਂ ਲੱਗੇ ਪਨੋਰੀ।